हाथ बुलाओ। नदीप कौर नू रिहा करो, दीप सिद्धू नू रिहा करो, बीजेपी जी गुंडागर्दी, दिलीप उसकी गुंडागर्दी, नौजवानों नू रिहा करो, धक्के शाही बंद करो, काले गुरु भाई वाहेगुरु जी का खालसा वाहेगुरु जी की फतेह। दास परमजीत सिंह अकाली जी अज जी मोटरसाइकिल रैली कड़ी गई है, किस वास्ते की है? यह मोटरसाइकिल रैली कड़ने का मकसद साडा जिहड़ा स्पष्ट जिहा वा कि समय दीआं सरकारां दे वल्लों जिहड़ा जुल्म किया जा रहा, जिहड़ी दमन की नीति बनाई जा रही आ कि जिहड़ा कोई आवाज़ चकूगा उहदे ते परचे करके उहनूं जेलां 'च धक्केया जाऊगा, इहदे विरोध दे विच असीं अज इह जिहड़ा वा इह मार्च कढ रहे हां। लंघे दिन वी असीं समागम उत्थे प्रोग्राम कीता सीगा, उह प्रोग्राम करन दा ते मार्च कढण दा मकसद समें दीआं सरकारां दे कन्नां दे विच आवाज़ पहुँचाउणा है कि तुसीं इह जुल्म करना बंद कर दिओ। असीं बड़े शांतमई तरीके दे नाल अपना हक मंग रहे हां, तुहाडे वल्लों बणाए काले कानूनां दा विरोध कर रहे हां, रद्द करो। जिन्हां वास्ते तुसीं कानून बणाए ने उहनां नूं मंजूर नहीं हैगे, तुसीं धक्के नाल किवें मत्थे ते मर सकदे ਹੋ? ਸੋ ਇਹ ਰੱਦ ਕੀਤੇ ਜਾਣ ਅਤੇ ਸਾਡੇ ਉਹ ਨੌਜਵਾਨ ਜਿਹੜੇ ਨੇ, ਸਾਡੀਆਂ ਉਹ ਭੈਣਾਂ ਜਿਨ੍ਹਾਂ ਨਾਲ ਜੇਲ੍ਹਾਂ 'ਚ ਬਲਾਤਕਾਰ ਹੋਏ ਨੇ, ਉਹਨਾਂ ਨੂੰ ਬੇਸ਼ਰਤ ਰਿਹਾ ਕਰਕੇ ਅਤੇ ਦੋਸ਼ੀਆਂ 'ਤੇ ਠੋਸ ਕਾਰਵਾਈ ਕਰੋ। ਤੁਹਾਡੇ ਉਹਨਾਂ ਦੇ ਨੌਜਵਾਨਾਂ ਦੇ ਨਾਲ ਕਿਸਾਨ ਵੀ ਨਹੀਂ ਹੈਗੇ? ਬਿਲਕੁਲ ਕਿਸਾਨ ਨਾਲ ਨੇ, ਪਰ ਕਿਤੇ ਵੀ ਗਿਰਦਾਰ ਵੇਖੋ, ਕਹਿਣ ਦੀਆਂ ਗੱਲਾਂ ਨੇ, ਗਿਰਦਾਰ ਕਹਿ ਦੇਣਾ ਕਿਸੇ ਨੂੰ ਬੜਾ ਸੌਖਾ, ਪਰ ਕੀ ਐਕਚੁਅਲ ਦੇ ਵਿੱਚ ਜਿਹੜਾ ਬੰਦਾ ਆਪਣੇ ਹੱਕਾਂ ਦੀ ਗੱਲ ਕਰਦਾ ਕਿ ਗਿਰਦਾਰਾਂ ਦੇ ਪਰਚੇ ਹੁੰਦੇ ਨੇ, ਗਿਰਦਾਰਾਂ ਨੂੰ ਜੇਲ੍ਹਾਂ 'ਚ ਡੱਕਿਆ ਜਾਂਦਾ ਹੁੰਦਾ, ਇਹ ਸਾਡੀ ਸਮਝ ਤੋਂ ਬਾਹਰ ਆ। ਗਿਰਦਾਰ ਤਾਂ ਜਿਹੜੇ ਹੁੰਦੇ ਨੇ ਉਹ ਸਰਕਾਰੀ ਸਰਵਿਸ ਦੀਆਂ ਜਿਉਂਦੇ ਹੁੰਦੇ ਨੇ, ਸਿਕਿਉਰਿਟੀਆਂ ਲੈ ਕੇ ਤੁਰੇ ਫਿਰਦੇ ਹੁੰਦੇ ਨੇ, ਪਰ ਇੱਥੇ ਤਾਂ ਗਿਰਦਾਰਾਂ ਨੇ ਉੱਤੇ ਜੇਲ੍ਹਾਂ ਦੇ ਪਰਚੇ ਨੇ, ਗਿਰਦਾਰਾਂ 'ਤੇ ਜ਼ੁਲਮ ਹੋ ਰਿਹਾ। ਸੋ ਸਾਡੀ ਇਹ ਸਮਝੋਂ ਬਾਹਰ ਆ, ਜਿਹੜਾ ਕੋਈ ਬੰਦਾ ਤਾਂ ਦੀ ਗੱਲ ਕਰਦਾ ਬੜੀ ਮੰਦਭਾਗੀ ਆ। ਅਸੀਂ ਜੀ ਆਪਣੇ ਪੰਜਾਬ ਦੇ ਅਣਖੀ ਯੋਧੇ ਜਿਹੜੇ ਹੀਰੇ ਨੇ ਸਾਡੇ, ਦੀਪ ਸਿੱਧੂ, ਵੀਰ ਲੱਖਾ ਬਾਈ, ਭੈਣ ਨਵਦੀਪ ਕੌਰ ਅਤੇ ਵੀਰ ਰਣਜੀਤ ਸਿੰਘ, ਜਿਨ੍ਹਾਂ ਦੇ ਉੱਤੇ ਸਰਕਾਰਾਂ ਤਸ਼ੱਦਦ ਕਰ ਰਹੀਆਂ ਨੇ, ਝੂਠੇ ਪਰਚੇ ਪਾ ਕੇ ਇਹਨਾਂ ਨੂੰ ਅੰਦਰ ਜੇਲ੍ਹਾਂ 'ਚ ਬੰਦ ਕਰ ਰਹੇ ਨੇ। ਸਾਨੂੰ ਇਹਨਾਂ ਦੇ ਹੱਕ ਵਿੱਚ ਅੱਜ ਜਿਹੜਾ ਰੋਸ ਮਾਰਚ ਕਰ ਰਹੇ ਹਾਂ, ਕਿਉਂਕਿ ਜਿਹੜੀਆਂ ਘਿਨੌਣੀਆਂ ਹਰਕਤਾਂ ਨੇ, ਸਰਕਾਰ ਆਪਣੀਆਂ ਬੰਦ ਕਰੇ ਅਤੇ ਸਾਡੇ ਸਿੰਘਾਂ ਦੇ ਉੱਤੇ ਜਾਂ ਸਾਡੇ ਜਿਹੜੇ ਬੱਚੇ ਨੇ ਉਹਨਾਂ ਦੇ ਜਿਹੜੇ ਝੂਠੇ ਕੇਸ ਪਾਏ ਨੇ ਉਹ ਰੱਦ ਕਰੇ, ਅਤੇ ਜਿਹੜੇ ਸਾਡੇ ਸਿੰਘ ਅੰਦਰ ਨੇ, ਸਾਡੇ ਬੱਚੇ ਅੰਦਰ ਨੇ, ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਨਹੀਂ ਛੱਡਦੇ ਤਾਂ ਫਿਰ ਕੀ ਕਰੋਗੇ? ਅਗਲਾ ਪ੍ਰੈਸ ਅਸੀਂ ਇਸ ਤਰ੍ਹਾਂ ਵੀ ਤਿੱਖਾ ਸੰਘਰਸ਼ ਕਰਾਂਗੇ ਜੀ, ਆਖਰੀ ਸਭਾ ਤੱਕ ਆਪਣੇ ਯੋਧਿਆਂ ਵਾਸਤੇ ਅਸੀਂ ਲੜਦੇ ਰਹਾਂਗੇ, ਜਿੰਨਾ ਚਿਰ ਤੱਕ ਸਾਡੇ ਉਹ ਯੋਧੇ ਬਾਹਰ ਨਹੀਂ ਹੁੰਦੇ ਅਸੀਂ ਚੈਨ ਨਾਲ ਬੈਠਣ ਵਾਲੇ ਨੇ। ਕਿੰਨੀ ਦੇਰ ਚੱਲੇਗਾ ਇਹ? ਇਹ ਵੇਖੋ ਜੀ, ਸਰਕਾਰ ਅੱਜ ਸਾਡੀ ਗੱਲ ਮੰਨ ਲਏ ਅਤੇ ਅਸੀਂ ਅੱਜ ਸਮਾਪਤ ਕਰ ਦਿਆਂਗੇ। ਸਾਡੇ ਨਿਰਾਪੁਰਾ ਇਹ ਨਹੀਂ ਗਾ ਵੀ ਅਸੀਂ ਆਪਣੇ ਯੋਧਿਆਂ ਨੂੰ ਛਡਾਉਣ ਤੱਕ ਹੀ ਬੈਠੇ ਹਾਂ, ਅਸੀਂ ਆਪਣੀਆਂ ਜ਼ਮੀਨਾਂ ਵੀ ਕਿਸੇ ਹੱਕ ਦਿੱਤੇ ਇਹਨਾਂ ਨੂੰ ਦੇਣ ਵਾਲੇ ਨਹੀਂ ਹੈਗੇ, ਅਸੀਂ ਆਪਣੀਆਂ ਜ਼ਮੀਨਾਂ ਵੀ ਨਹੀਂ ਛੱਡਣੀਆਂ, ਆਪਣੇ ਯੋਧਿਆਂ ਨੂੰ ਮੇਰੇ ਹੱਕ ਆ ਜਾਣਾ ਚਾਹੀਦਾ।